जिहड़े अक्यूज्ड हैगे इन्हां दी प्रिलिमिनरी इंटरोगेशन दे विच आया हैगा कि जिहड़ा रजिंदर जोकर सीगा ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨ ਸੀ ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਗੋਲਡੀ ਬਰਾੜ ਜਿਹੜਾ ਕਿ ਮਾਸਟਰ ਮਾਈਂਡ ਸੀਗਾ ਮਰਡਰ ਦਾ ਹੀ ਵਾਜ਼ ਆਲਸੋ ਮਾਸਟਰ ਮਾਈਂਡ ਆਫ ਦੇਰ ਐਸਕੇਪ ਪਲੈਨ ਸੋ ਮੋਸਟਲੀ ਮੁੰਡੀ ਅਤੇ ਕਪਿਲ ਇਕੱਠੇ ਰਹੇ ਹੈਗੇ ਅਤੇ ਦੇ ਹੈਵ ਸ਼ਿਫਟਡ ਬੇਸ ਹਰਿਆਣਾ ਰਾਜਸਥਾਨ ਯੂ ਪੀ ਤੋਂ ਹੁੰਦੇ ਹੋਏ ਦੇ ਰੀਸ਼ਟ ਵੈਸਟ ਬੰਗਾਲ ਇਹਨਾਂ ਦੀ ਪਲੈਨਿੰਗ ਸੀਗੀ ਕਿ ਨੇਪਾਲ ਦੇ ਥਰੂ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ 'ਤੇ ਸੈਟਲ ਕਰਾ ਦਾਂਗੇ ਅਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਅਤੇ ਉਸ ਤੋਂ ਬਾਅਦ ਮਿਆਂਮਾਰ ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਅਤੇ ਕਠਮਾਂਡੂ ਤੋਂ ਫਲਾਈਟ ਫੜ ਕੇ ਬੈਂਕੋਕ ਅਤੇ ਫਿਰ ਦੁਬਈ ਐਸਕੇਪ ਦਾ ਪਲੈਨ ਸੀਗਾ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰਿਲਿਮਨਰੀ ਸਟੇਜ 'ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਅਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ ਤੋ ਇਹਨਾਂ ਨੇ ਕਾਫੀ ਇਲੈਬਰੇਟ ਰੈਕੀ ਕੀਤੀ ਸੀਗੀ ਐਂਡ ਦੇ ਸਪੈਂਡ ਅ ਲੋਟ ਆਫ ਟਾਈਮ ਇਨ ਮੁੰਬਈ ਤੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਐਂਗਲ ਵੀ ਵੈਰੀਫਾਈ ਕਰ ਲਾਂਗੇ ਇਹ ਜਿਹੜਾ ਸ਼ੁਭਦੀਪ ਮਰਡਰ ਕੇਸ ਹੈਗਾ ਸਾਇੰਟੀਫਿਕ ਤਰੀਕੇ ਨਾਲ ਸਾਰਿਆਂ ਦੇ ਕੋਆਪਰੇਸ਼ਨ ਨਾਲ ਫਰੋਮ ਦਾ ਵੈਰੀ ਡੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀਗਾ 29 ਮਈ ਦਾ ਇੰਸੀਡੈਂਟ ਹੈਗਾ ਤੋ 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ ਦੋ ਸ਼ੂਟਰਸ ਕਰੋਲਾ ਦੇ ਵਿੱਚ ਸੀਗੇ ਚਾਰ ਸ਼ੂਟਰਸ ਬੁਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੁਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ ਜਿਹੜੇ ਇਹਦੇ 'ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ ਅਲੋਂਗ ਵਿਦ ਅਦਰ 3 ਪੀਪਲ ਵਰ ਅਰੈਸਟਡ ਬਾਈ ਦਿੱਲੀ ਪੁਲਿਸ ਅਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ ਉਸ ਤੋਂ ਬਾਅਦ ਅਸੀਂ ਅੱਗੇ ਸੀ ਸੀ ਟੀ ਵੀ ਫੁਟੇਜ ਉਹਦਾ ਸਟੱਡੀ ਕਰਕੇ ਉਹਦੇ 'ਚ ਪ੍ਰਿਯਮਵੰਤ ਦੀ ਸ਼ਨਾਖਤ ਹੋ ਗਈ ਸੀ ਰੂਟ ਵਾਜ਼ ਆਈਡੈਂਟੀਫਾਈਡ ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਅਤੇ ਵੀ ਹੈਡ ਪ੍ਰਪੇਅਰਡ ਅ ਰੂਟ ਅਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਜ਼ ਡਨ ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ ਉਹ ਮਨਪ੍ਰੀਤ ਭਾਊ ਅਤੇ ਮਨਪ੍ਰੀਤ ਮੰਨਾ ਟਰੇਸ ਹੋਏ ਸੀਗੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ 'ਤੇ ਲਿਆਂਦਾ ਸੀਗਾ ਅਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਅਤੇ ਕਾਮਯਾਬੀ ਹਾਸਿਲ ਕੀਤੀ ਹੈ ਵੀ ਆਰ ਕਮਿਟਡ ਟੂ ਇਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਅਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰਾਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਅਤੇ ਵੀ ਆਰ ਪਰਸੂਇੰਗ ਆਲ ਲੀਡਸ ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਇਹਦੇ ਮਗਰ ਅਸੀਂ ਤੇ ਬਾਕੀ ਹੋਰ ਏਜੰਸੀ ਤੇ ਲੱਗੇ ਹੋਏ ਸੀਗੇ ਤੋ ਵੀ ਗੋਟ ਦਾ ਫਾਲੋ ਅਪ ਲੀਡਸ ਔਨ ਦੈਟ ਤੋ ਆਰ ਪਾਰਟੀ ਇਜ਼ ਵੈਂਟ ਟੂ ਵੈਸਟ ਬੰਗਾਲ ਐਂਡ ਫਾਈਨਲੀ ਦੇ ਹੈਵ ਅਰੈਸਟਡ ਅਕਰਨ ਨੂੰ ਵਾਪਸ ਲੈ ਕੇ ਆਇਆ ਸੀ ਸੋ ਇਸ ਸਾਰੀ ਤਫਤੀਸ਼ ਦੇ ਦੌਰਾਨ ਇਟ ਵਾਸ ਐਨ ਇੰਪੋਰਟੈਂਟ ਕੇਸ ਸਾਰੀ ਤਫਤੀਸ਼ ਦੇ ਦੌਰਾਨ ਐਜ਼ ਪਰ ਗਾਈਡੈਂਸ ਫਰੋਮ ਸੀਐਮ ਸਾਹਿਬ ਐਂਡ ਡੀਜੀਪੀ ਸਾਹਿਬ ਇੱਕ ਇੱਕ ਚੀਜ਼ ਸਿਲਸਿਲੇਵਾਰ ਸਾਰੀ ਏਜੰਸੀਜ਼ ਨੂੰ ਨਾਲ ਲੈ ਕੇ ਅਤੇ ਸਾਰੀ ਏਜੰਸੀਜ਼ ਦੇ ਕੋਆਪਰੇਸ਼ਨ ਦੇ ਨਾਲ ਇਹ ਤਫਤੀਸ਼ ਕੀਤੀ ਗਈ ਹੈ ਪਰ ਦੋ ਹਫ਼ਤੇ ਬਾਅਦ ਅਤੇ ਚੀਫ ਮਿਨਿਸਟਰ ਸਾਹਿਬ ਇਨਵੈਸਟੀਗੇਸ਼ਨ ਦੇ ਰਿਵਿਊ ਕਰਦੇ ਸੀ ਕਿ ਵਿਦਆਊਟ ਇੰਟਰਫੇਅਰਿੰਗ ਕਿ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇੰਟਰਫੇਰੈਂਸ ਕੀਤੀ ਹੈ ਬਟ ਦੇਰ ਵਾਜ਼ ਦਿਸ ਸਟਰੋਂਗ ਪੋਲੀਟੀਕਲ ਵਿਲ ਟੂ ਸੋਲਵ ਦਿਸ ਕੇਸ ਐਂਡ ਟੂ ਅਸਟੈਬਲਿਸ਼ ਦਾ ਰੂਲ ਆਫ ਲਾਅ ਬਾਈ ਇਨਸ਼ੋਰਿੰਗ ਜਸਟਿਸ ਗੱਲ ਜੀ ਉਹਦੇ ਲਾਵਾਂਗੇ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗੇ ਜਦੋਂ ਗੋਲਡੀ ਆਊਗਾ ਜੀ ਦੇਖੋ ਇੱਕ ਦਿਨ ਕੱਲ੍ਹ ਅਸੀਂ ਫੜਿਆ ਹੈ ਇਹ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੁਣ ਦੇਖੋ ਸੰਤੋਸ਼ ਯਾਦਵ ਵੀ ਫੜਿਆ ਜਾ ਚੁੱਕਾ ਮਹਾਰਾਸ਼ਟਰਾ ਤੋਂ ਜਿਹੜਾ ਦੂਜਾ ਬੰਦਾ ਹੈਗਾ ਉਹ ਡਿਟੇਨ ਹੋ ਗਿਆ ਜਿਹੜਾ ਬਿਸ਼ਨੋਈ ਸਚਿਨ ਬਿਸ਼ਨੋਈ ਹੈ ਸੋ ਅਸੀਂ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਵੀ ਇਹਨਾਂ ਨੇ ਡਿਸਕਲੋਜਰ ਦਿੱਤੀ ਹੈ ਦੈਟ ਇਜ਼ ਟੂ ਬੀ ਯੈਟ ਟੂ ਬੀ ਕੋਰੋਬਰੇਟਿਡ ਮਤਲਬ ਅਸੀਂ 100% ਉਸ 'ਤੇ ਯਕੀਨ ਨਹੀਂ ਕਰ ਸਕਦੇ ਅਤੇ ਅਸੀਂ ਦੂਜਿਆਂ ਨੂੰ ਲਾਵਾਂਗੇ ਇੰਟਰੋਗੇਸ਼ਨ ਕਰਾਂਗੇ ਨਿਸ਼ਾਨਦੇਹੀ ਕਰਾਵਾਂਗੇ ਜੇ ਲੋੜ ਹੋਏਗੀ ਆਪਣੀ ਪੁਲਿਸ ਪਾਰਟੀ ਬੰਬੇ ਭੇਜਾਂਗੇ ਜੀ ਦੀਪਕ ਐਂਡ ਕਪਿਲ ਵਰ ਟੁਗੈਦਰ ਹਰਿਆਣਾ ਦੇਖੋ ਦੇ ਆਰ ਸ਼ਿਫਟਿੰਗ ਟੂਵਰਡਸ ਵੈਸਟ ਬੰਗਾਲ ਰਾਜਸਥਾਨ ਹਰਿਆਣਾ ਯੂ ਪੀ ਬਿਹਾਰ ਐਂਡ ਵੈਸਟ ਬੰਗਾਲ ਬਰੋਡਲੀ ਇਸ 'ਤੇ ਇੱਕ ਸੁਨਿਯੋਜਿਤ ਤਰੀਕੇ ਨਾਲ ਪਲੈਨਡ ਤਰੀਕੇ ਨਾਲ ਉਸ ਬਾਰਡਰ ਆਊਟ ਪੋਸਟ ਤੱਕ ਪਹੁੰਚੇ ਸੀਗੇ